ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਇਆ ਮੈਲ ਨਾਮ ਜਪ ਕੇ ਲੱਥੇਗੀ। ਸਿੱਧ ਕਹਿੰਦੇ ਮਹਾਰਾਜ ਫਿਰ ਕਿਰਪਾ ਕਰਕੇ ਦੱਸੋ, ਪੁੰਨੀ ਲੋਕ ਤਾਂ ਨਾਮ ਜਪਦੇ ਹੋਣਗੇ, ਪਾਪੀ ਤਾਂ ਜਪਦੇ ਨਹੀਂ ਹੋਣਗੇ, ਵੀ ਫਿਰ ਨਾਮ ਤਾਂ ਪੁੰਨੀ ਉਹ ਜਪ ਸਕਦਾ। ਗੁਰੂ ਨਾਨਕ ਕਹਿੰਦੇ ਨਹੀਂ ਸਿੱਧੋ, ਪੁੰਨੀ ਅਤੇ ਪਾਪੀ ਦੀ ਗੱਲ ਨਹੀਂ, ਇੱਥੇ ਜੋ ਕਰਮ ਜਿਹੜਾ ਪੁੰਨੀ ਬੰਦਾ ਉਹ ਵੀ ਨਾਮ ਨਾਲ ਨਹੀਂ ਜੁੜਦਾ। ਪੁੰਨ ਕਾਹਦੇ ਵਾਸਤੇ ਕਰਦਾ? ਮੈਨੂੰ ਸੁੱਖ ਮਿਲੇ, ਸਰੀਰ ਦੀ ਲੋੜ ਪੂਰੀ ਹੋਵੇ, ਸਰੀਰ ਦੀ ਜ਼ਰੂਰਤ ਪੂਰੀ ਹੋਵੇ। ਮੁਕਤੀ ਪਦਵੀ ਤੱਕ ਨਹੀਂ ਪਹੁੰਚਦਾ ਪੁੰਨੀ ਬੰਦਾ, ਉਹ ਦੁਨੀਆਂ ਦੀਆਂ ਸਹੂਲਤਾਂ ਹੀ ਮੰਗਦਾ ਰਹਿੰਦਾ। ਪਾਪੀ ਬੰਦਾ ਪਾਪ ਕਰਦਾ, ਚੋਰੀਆਂ ਕਰਦਾ, ਡਾਕੇ ਮਾਰਦਾ, ਮੇਰੀ ਸਹੂਲਤ ਪੂਰੀ ਹੋਵੇ। ਮਹਾਰਾਜ ਕਹਿੰਦੇ ਨਹੀਂ, ਇਹ ਤਾਂ ਆਪਣੇ ਕਰਮ ਬੀਜਦਾ ਬੰਦਾ, ਗੱਲ ਨਾਮ ਨਾਲ ਹੀ ਬਣੇਗੀ। ਪੁੰਨੀ ਪਾਪੀ ਆਖਣ ਨਾਹੇ, ਪੁੰਨ ਅਤੇ ਪਾਪ ਨਿਰਾ ਕਹਿਣ ਮਾਤਰ ਨਹੀਂ ਹਨ, ਪੁੰਨਾਂ ਅਤੇ ਪਾਪਾਂ ਦੀ ਗੱਲ ਨਹੀਂ। ਕਰ ਕਰਨਾ ਲਿਖ ਲੈ ਜਾਹੋ, ਜਿਹੋ ਜਿਹੇ ਚੰਗੇ ਮਾੜੇ ਕਰਮ ਮਨੁੱਖ ਕਰਦਾ ਹੈ, ਚਿੱਤਰਗੁਪਤ ਉਹਦੇ ਲੇਖੇ ਨੂੰ ਲਿਖ ਕੇ ਧਰਮਰਾਜ ਕੋਲ ਲੈ ਜਾਂਦੇ ਨੇ, ਅਤੇ ਪੁੰਨਾਂ ਅਤੇ ਪਾਪਾਂ ਦਾ ਨਿਰਣਾ ਕਰਕੇ ਆਪੇ ਬੀਜਿਆ ਆਪ ਹੀ ਖਾਂਦਾ ਹੈ। ਦੂਜਾ ਅਰਥ ਸੁਣਿਓ, ਪੁੰਨ ਅਤੇ ਪਾਪ ਕੇਵਲ ਆਖਣ ਵਾਸਤੇ ਨਹੀਂ, ਵੀ ਹਾਂ ਵੀ ਪੁੰਨ ਅਤੇ ਪਾਪ ਆਖੇ ਜੀ, ਬੰਦਾ ਚੰਗੇ ਕੰਮ ਕਰੇ ਤਾਂ ਕਰਕੇ ਪੁੰਨ ਬਣਾ ਕੇ ਦੁਨੀਆਂ 'ਚ ਪੇਸ਼ ਕੀਤੇ ਨੇ, ਮਾੜਾ ਕੰਮ ਨਾ ਕਰੇ ਉਹਨੂੰ ਪਾਪ ਕਹਿ ਕੇ ਪੇਸ਼ ਕੀਤਾ। ਨਹੀਂ, ਇਹ ਅਸਲ ਵਿੱਚ ਗੱਲਾਂ ਨੇ। ਗੁਰੂ ਸਾਹਿਬ ਕਹਿੰਦੇ, ਗੁਰੂ ਨਾਨਕ ਦੇਵ ਜੀ ਕਹਿੰਦੇ, ਸੱਚਮੁੱਚ ਵਿੱਚ ਇਹ ਨਿਰਣਾ ਹੈ, ਪੁੰਨੀ ਪਾਪੀ ਆਖਣ ਨਾਹੇ। ਕਹਿੰਦੇ ਪੁੰਨ ਅਤੇ ਪਾਪ ਨਿਰਾ ਕਹਿਣ ਮਾਤਰ ਨਹੀਂ ਹੈਗੇ। ਕਰ ਕਰਨਾ ਲਿਖ ਲੈ ਜਾਹੋ, ਮਨੁੱਖ ਜਿਹੋ ਜਿਹੇ ਚੰਗੇ ਮਾੜੇ ਕਰਮ ਕਰਦਾ ਉਹਦੇ ਨਾਲ ਉਹਦੇ ਕਰਮ ਜਾਂਦੇ ਨੇ, ਉਹਨੂੰ ਕਰਮ ਆਪਣੇ ਭੋਗਣੇ ਪੈਂਦੇ ਨੇ। ਸਿੱਧ ਕਹਿੰਦੇ ਮਹਾਰਾਜ ਫਿਰ ਕਰਮਾਂ ਦਾ ਨਿਰਣਾ ਕੀ ਹੁੰਦਾ? ਮਹਾਰਾਜ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ। ਜਿਹੋ ਜਿਹੇ ਕਰਮ ਮਨੁੱਖ ਬੀਜਦਾ ਉਹਨੂੰ ਆਪੇ ਹੀ ਵੱਢਣੇ ਪੈਂਦੇ ਆ। ਦੇਖੋ, ਆਮ ਤੌਰ 'ਤੇ ਬੰਦਾ, ਇਹ ਕੁਦਰਤੀ ਵੀ ਨਿਯਮ ਐਸਾ ਪਰਮੇਸ਼ਰ ਦਾ ਬਣਾਇਆ, ਜੇ ਤੁਸੀਂ ਧਰਤੀ ਵਿੱਚ ਚੌਲ ਦਾ ਦਾਣਾ ਪਾਓਗੇ ਤਾਂ ਚੌਲ ਹੀ ਉੱਗਣਗੇ, ਜੇ ਤੁਸੀਂ ਅੰਬ ਦਾ ਬੂਟਾ ਲਾਓਗੇ ਤਾਂ ਅੰਬ ਮਿੱਠੇ ਮਿੱਠੇ ਲੱਗਣਗੇ। ਜਦੋਂ ਤੁਸੀਂ ਬੀਜ ਕਿੱਕਰਾਂ ਦੇ ਪਾਉਂਦੇ ਹੋ, ਕੰਡੇ ਚੁਬੇ ਅਤੇ ਟੱਪਦੇ ਕਿਉਂ? ਬੀਜ ਵੀ ਤੁਸੀਂ ਪਾਇਆ ਸੀ। ਜਦੋਂ ਬੀਜ ਤੁਸੀਂ ਪਾਇਆ, ਫਿਰ ਕੰਡੇ ਚੁਬੇ ਅਤੇ ਪਰਮੇਸ਼ਰ ਦਾ ਕਸੂਰ ਨਾ ਕੱਢੋ, ਕਸੂਰ ਤੁਹਾਡੇ ਆਪਣੇ ਕਰਮਾਂ ਦਾ ਹੈ। ਜੇ ਤੂੰ ਹੱਸ ਰਿਹਾ ਸੱਜਣਾ, ਪੱਕਾ ਕਿਸੇ ਵੇਲੇ ਕਿਸੇ ਨੂੰ ਹਸਾਇਆ ਹੋਏਗਾ, ਕਰਮ ਚੰਗਾ ਕੀਤਾ ਹੋਏਗਾ। ਜੇ ਤੂੰ ਰੋ ਰਿਹਾ, ਕਿਸੇ ਵੇਲੇ ਕਿਸੇ ਨੂੰ ਰਵਾਇਆ ਹੋਏਗਾ, ਕੰਡੇ ਤੇਰੇ ਜੇ ਚੁੱਭਦੇ ਨੇ, ਤੇਰੇ ਆਪਣੇ ਹੀ ਬੀਜੇ ਨੇ, ਰੱਬ ਨਹੀਂ ਤੇਰੇ ਨਾਲ ਮਾੜਾ ਕਰਦਾ। ਆਮ ਤੌਰ 'ਤੇ ਬੰਦੇ ਦਾ ਸੁਭਾਅ ਹੈ, ਚੰਗਾ ਹੁੰਦਾ ਤਾਂ ਕਹਿੰਦਾ ਮੈਂ ਮਿਹਨਤ ਕੀਤੀ, ਮਾੜਾ ਹੋਵੇ ਤਾਂ ਕਹਿੰਦਾ ਰੱਬ ਨੇ ਮੇਰੇ ਨਾਲ ਮਾੜੀ ਕੀਤੀ। ਮਾੜੇ ਕਹਿੰਦੇ ਨਹੀਂ ਪਿਆਰਿਆ, ਐਸਾ ਕੋਈ ਵਧਾਤੇ ਦਾ ਨਿਯਮ ਨਹੀਂ, ਉਹ ਸਭ ਨਾਲ ਇੱਕੋ ਜੀ, ਉਹ ਕਿਸੇ ਨਾਲ ਅਨਿਆਏ ਨਹੀਂ ਕਰਦਾ। ਪਰਮੇਸ਼ੁਰ ਹੀ ਨੈਵਰ ਡੂ ਬਾਰਸ਼ੈਲਟੀ, ਕਿਸੇ ਨਾਲ ਵੀ ਵੱਧ ਘੱਟ ਨਹੀਂ ਕਰਦਾ, ਉਹ ਸਭ ਨੂੰ ਇੱਕੋ ਜੀ, ਤੇਰੇ ਘਰ ਸਦਾ ਸਦਾ ਹੈ ਨਿਆਓ, ਤੂੰ ਸਭ ਨਾਲ ਨਿਆ ਹੀ ਕਰਦਾ ਮੇਰੇ ਪਾਤਸ਼ਾਹ। ਸੋ ਇਸ ਕਰਕੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ ਲੈ ਜਾਹੋ, ਜਿਹੋ ਜਿਹੇ ਬੀਜੇ ਨੇ ਉਹੋ ਜਿਹੇ ਵੱਢੇਗਾ ਸੱਜਣਾ। ਜੇ ਕਿਸੇ ਦੀ ਫਸਲ, ਕਿਸੇ ਦੇ ਕਰਮ ਚੰਗੇ ਨੇ, ਉਹਦੇ ਵੱਲ ਵੇਖ ਕੇ ਰੱਬ ਨੂੰ ਨਾ ਕਹਿ ਮੇਰੇ ਨਾਲ ਤੂੰ ਮਾੜੇ ਕਿਉਂ ਕਰਦਾ। ਜੇ ਉਹਦੇ ਚੰਗੇ ਨੇ, ਉਹਨੇ ਪਹਿਲਾਂ ਚੰਗੇ ਕੀਤੇ ਨੇ ਤਾਂ ਚੰਗੇ ਨੇ, ਤੇਰੇ ਜੇ ਮਾੜੇ ਨੇ ਤਾਂ ਭਰਾਵਾ ਤੂੰ ਕਰਮ ਮਾੜੇ ਕੀਤੇ ਨੇ ਅਤੇ ਤਾਂ ਤੇਰੇ ਨਾਲ ਤੂੰ ਦੁੱਖ ਭੋਗਦਾ। ਹਾਂ, ਇਸ ਗੱਲ ਦਾ ਇੱਕ ਗੱਲ ਹੋਰ ਧਿਆਨ ਰੱਖਿਓ, ਜੇ ਪਹਿਲਾਂ ਮਾੜੇ ਕੀਤੇ ਨੇ ਹੁਣ ਤਾਂ ਚੰਗੇ ਕਰ ਸਕਦੇ ਹਾਂ। ਪਿਛਲੇ ਟਾਈਮ ਦਾ ਸਾਨੂੰ ਨਹੀਂ ਪਤਾ ਅਸੀਂ ਕੀ ਕਰ ਬੈਠੇ ਹਾਂ, ਹੁਣ ਦੇ ਟਾਈਮ ਦਾ ਤਾਂ ਆਪਾਂ ਸੰਭਾਲ ਸਕਦੇ ਹਾਂ, ਪਰ ਸੱਜਣਾ ਤੂੰ ਤਾਂ ਹੁਣ ਵੀ ਕੰਡੇ ਹੀ ਬੀਜ ਰਿਹਾ ਅਤੇ ਗਾਂ ਵੀ ਕੰਡੇ ਹੀ ਚੁਭਣਗੇ ਫਿਰ ਤੇਰੇ। ਪੁਰਾਣਿਆਂ ਸਮਿਆਂ ਨੂੰ ਤੂੰ ਨਹੀਂ ਸੰਭਾਲ ਸਕਦਾ, ਹੁਣ ਤਾਂ ਤੂੰ ਕੰਡੇ ਬੀਜ ਰਿਹਾ ਅਤੇ ਹੁਣ ਵੀ ਤੇਰੇ ਕੰਡੇ ਹੀ ਚੁਭਣੇ ਆ। ਇਸ ਕਰਕੇ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ, ਸਿੱਧੋ, ਪਰਮੇਸ਼ਰ ਦੀ ਜਿਹੜੀ ਨਿਯਮ, ਉਹਦੀ ਪ੍ਰਣਾਲੀ ਹੈ ਨਾ, ਉਹਦੇ ਅਧੀਨ ਹੋ ਕੇ ਚੱਲੋ, ਚੰਗੇ ਕਰਮ ਕਰੋ। ਕਈ ਕਹਿੰਦੇ ਫਲਾਣਾ ਬੰਦਾ ਜੀ ਇੰਨੇ ਮਾੜੇ ਕੰਮ ਕਰਦਾ, ਦੇਖੋ ਜੀ ਉਹਨੇ ਤਾਂ ਕੋਈ ਮਾੜਾ ਨਹੀਂ ਹੁੰਦਾ। ਅਤੇ ਮੈਂ ਬੇਨਤੀ ਕਰਦਾ, ਵੀਰੋ, ਉਹਦਾ ਹਜੇ ਪੁੰਨਾਂ ਵਾਲਾ ਘੜਾ ਮੁੱਕਿਆ ਨਹੀਂ, ਹਜੇ ਉਹਦੇ ਪੁੰਨ ਕਰਮ ਪਏ ਨੇ, ਮਾੜੇ ਕਰਮ ਕਰਕੇ ਸਾੜ ਰਹੇ, ਜਿੱਦਣ ਉਹਦੇ ਪੁੰਨ ਮੁੱਕ ਜਾਣਗੇ ਉਹਨੂੰ ਵੀ ਦੁੱਖ ਭੋਗਣੇ ਪੈਣਗੇ। ਅਤੇ ਕਈ ਬੰਦੇ ਪਿਆਰੇ ਉਹ ਸੰਸਾਰ ਦੇ ਵਿੱਚ ਬੜੇ ਦੁਖੀ ਹੁੰਦੇ ਨੇ, ਉਹਨਾਂ ਨੇ ਕਦੀ ਪੁੰਨ ਕੀਤੇ ਹੀ ਨਹੀਂ ਹੁੰਦੇ, ਤਾਂ ਕਰਕੇ ਇੱਦਾਂ ਦਾ ਸਮਾਂ ਬਣ ਜਾਂਦਾ।
ਸੋ ਪੁੰਨ ਜਿਹੜੇ ਨੇ ਇਹ ਪਰਮੇਸ਼ੁਰ ਦੇ ਨਾਮ ਨਾਲ ਜੁੜੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਨਾਲ ਜੁੜੋ, ਪੁੰਨ ਪਾਪ ਥੱਲੇ ਦੀਆਂ ਰੱਬ ਦੇ ਨਾਮ ਨਾਲ ਜੁੜਨਾ ਤੁਸੀਂ ਕਰੋ। ਇਸ ਕਰਕੇ ਆਪੇ ਬੀਜ ਆਪੇ ਹੀ ਖਾਹੋ, ਆਪ ਬੰਦਾ ਬੀਜਦਾ ਆਪ ਹੀ ਖਾਂਦਾ। ਅਤੇ ਪੁੰਨ ਪਾਪ ਕਰਮ ਧਰਮ ਕਰ ਮੁਕਤ ਮੰਗਾ ਹੀ, ਕਹਿੰਦੇ ਕਰਮ ਧਰਮ ਕਰਕੇ ਮੁਕਤੀ ਮੰਗਦਾ। ਕਹਿੰਦੇ ਇਹ ਗੱਲ ਨੂੰ ਭੁੱਲ ਜਾਂਦਾ, ਮੁਕਤ ਪਦਾਰਥ ਸ਼ਬਦ ਸਮਾਹੀ, ਮੁਕਤ ਤਾਂ ਕੇਵਲ ਪਰਮੇਸ਼ੁਰ ਦੇ ਨਾਮ ਨਾਲ ਹੀ ਮਿਲਣੀ ਹੈ। ਸੋ ਮੇਰੇ ਸਤਿਗੁਰੂ ਕਹਿੰਦੇ ਨੇ ਮਾਰੂ ਰਾਗ ਦੇ ਵਿੱਚ, ਕਹਿੰਦੇ ਬਿਨ ਗੁਰ ਸ਼ਬਦ ਮੁਕਤ ਨਾ ਹੋਈ, ਪਰ ਪੰਚ ਕਰ ਪਰਮਾਈ ਹੈ। ਕਹਿੰਦੇ ਦੇਖੋ, ਬਿਨਾਂ ਗੁਰੂ ਦੇ ਸ਼ਬਦ ਤੋਂ ਮੁਕਤੀ ਨਹੀਂ ਹੁੰਦੀ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਮੇਰੇ ਸਾਹਿਬ ਕਹਿੰਦੇ ਕਰ ਕਰ ਕਰਨਾ ਲਿਖ ਲਿਆ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਆਪਣਾ ਬੀਜਿਆ ਤੂੰ ਆਪ ਹੀ ਖਾਂਦਾ ਸੱਜਣਾ। ਨਾਨਕ ਹੁਕਮੀ ਆਵੋ ਜਾਹੋ, ਸੋ ਕੀਤੇ ਕਰਮਾਂ ਅਨੁਸਾਰ ਪਰਮੇਸ਼ੁਰ ਦੇ ਹੁਕਮ ਵਿੱਚ ਜੀਵ ਸੰਸਾਰ 'ਤੇ ਆਉਂਦਾ ਅਤੇ ਸੰਸਾਰ ਤੋਂ ਚਲੇ ਜਾਂਦਾ। ਕਰਮ ਚੰਗੇ ਕਰਨੇ ਚਾਹੀਦੇ ਨੇ। ਸੋ ਇੱਥੇ ਪਿਆਰਿਓ 20ਵੀਂ ਪੌੜੀ ਦੀ ਸਮਾਪਤੀ ਹੈ ਜੀ। 102 ਅੱਖਰ 20ਵੀਂ ਪੌੜੀ ਵਿੱਚ ਨੇ, 102 ਅੱਖਰ 20ਵੀਂ ਪੌੜੀ ਵਿੱਚ ਆਉਂਦੇ ਨੇ। ਸੋ ਇੱਥੇ ਗੁਰਦੇਵ ਸੱਚੇ ਪਾਤਸ਼ਾਹ ਸਿੱਧਾਂ ਨੂੰ ਨਿਰਣਾ ਕਰਕੇ ਦੱਸਦੇ ਨੇ। ਹੁਣ ਅੱਗੇ 21ਵੀਂ ਪੌੜੀ ਦੀ ਆਰੰਭਤਾ ਹੁੰਦੀ ਹੈ ਜੀ। ਸਿੱਧ ਬੇਨਤੀ ਕਰਦੇ ਨੇ ਮਹਾਰਾਜ ਨੂੰ, ਮਹਾਰਾਜ ਕਿਰਪਾ ਕਰਕੇ ਦੱਸੋ, ਜੇ ਹੁਣ ਪੁੰਨਾਂ ਪਾਪਾਂ ਦੀ ਤੁਸੀਂ ਗੱਲ ਦੱਸੀ ਹੈ, ਆਪ ਜੀ ਨੇ ਦੱਸਿਆ ਵੀ ਤੀਰਥ ਤਾਂ ਪਰਮੇਸ਼ੁਰ ਦੇ ਨਾਮ ਨੂੰ ਜਪੋ, ਤੀਰਥਾਂ 'ਤੇ ਜਾਣ ਨਾਲ ਮੈਲ ਨਹੀਂ ਲੈਂਦੀ। ਚਲੋ ਮੈਲ ਨਹੀਂ ਲੈਂਦੀ ਮਹਾਰਾਜ ਤੀਰਥਾਂ 'ਤੇ ਜਾਣ ਨਾਲ, ਮੈਲ ਮੰਨਿਆ ਰੱਬ ਦਾ ਨਾਮ ਜਪ ਕੇ ਲੈਂਦੀ ਹੈ। ਤੀਰਥਾਂ 'ਤੇ ਜਾਣ ਨਾਲ ਪਰਮੇਸ਼ੁਰ ਨੂੰ, ਪਰਮੇਸ਼ੁਰ ਦੀ ਦਰਗਾਹ ਵਿੱਚ ਬੰਦੇ ਨੂੰ ਮਾਣ ਤਾਂ ਮਿਲਦਾ, ਬੰਦੇ ਨੂੰ ਕੋਈ ਨਾ ਕੋਈ ਵਡਿਆਈ ਤਾਂ ਮਿਲਦੀ ਹੋਊਗੀ। ਮਹਾਰਾਜ ਕਹਿੰਦੇ ਸਿੱਧੋ ਸੁਣੋ ਫਿਰ, ਤੁਸੀਂ ਤੀਰਥਾਂ 'ਤੇ ਜਾਣ ਨਾਲ ਤੁਸੀਂ ਕਹਿੰਦੇ ਹੋ ਵਡਿਆਈ ਮਿਲੇ। ਸਾਹਿਬ ਕਹਿੰਦੇ ਤੀਰਥ ਤਪ ਦਇਆ ਦਤ ਦਾਨ, ਤੀਰਥ ਯਾਤਰਾ ਤਪ ਸਾਧਨਾ, ਕਿਸੇ ਦੇ ਉੱਤੇ ਦਇਆ ਕਰ ਦੇਣੀ, ਕਰਮ ਕਰ ਦੇਣੇ ਅਤੇ ਦਾਨ ਕਰ ਦੇਣੇ। ਤੀਰਥ ਤਪ ਦਇਆ ਦਤ ਦਾਨ, ਜਿਹੜਾ ਵੀ ਬੰਦਾ ਤੀਰਥਾਂ 'ਤੇ ਜਾਂਦਾ, ਤਪ ਕਰਦਾ, ਦਇਆ ਕਰਦਾ, ਦਾਨ ਕਰਦਾ, ਇਹਦੇ ਨਾਲ ਪਰਮੇਸ਼ੁਰ ਦੀ ਦਰਗਾਹ ਦੇ ਵਿੱਚ ਉਹਨੂੰ ਕੀ ਮਿਲਦਾ? ਜੇ ਕੋ ਪਾਵੈ ਤਿਲ ਕਾ ਮਾਨ, ਕਹਿੰਦੇ ਇਹਨਾਂ ਕਰਮਾਂ ਨਾਲ ਪ੍ਰਭੂ ਦਾ ਮਿਲਾਪ ਨਹੀਂ ਹੋਣ ਲੱਗਾ, ਇਹਨਾਂ ਕਰਮਾਂ ਨਾਲ ਥੋੜ੍ਹਾ ਜਿਹਾ ਮਾਣ ਸਤਿਕਾਰ ਹੀ ਮਿਲਦਾ ਬੰਦੇ ਨੂੰ। ਕਹਿੰਦੇ ਬੰਦਾ ਬੜਾ ਚੰਗਾ ਜੀ, ਬੜੇ ਤੀਰਥਾਂ 'ਤੇ ਜਾਂਦਾ ਜੀ, ਬੰਦਾ ਬੜਾ ਚੰਗਾ ਜੀ, ਬੜਾ ਦਾਨ ਕਰਦਾ ਜੀ, ਇਹ ਬੜਾ ਤਪੀ ਹੈ ਜੀ, ਆਹ ਵੇਖੋ ਜੀ ਕਿੰਨਾ ਦਇਆ ਰੱਖਦਾ, ਸਾਰੇ ਜੀਵਾਂ 'ਤੇ ਦਇਆ ਕਰਦੇ। ਕਹਿੰਦੇ ਤਿਲ ਜਿੰਨਾ ਹੀ ਮਾਣ ਮਿਲਣਾ ਬਸ। ਸਿੱਧ ਕਹਿੰਦੇ ਮਹਾਰਾਜ ਫਿਰ ਕੀਤਾ ਕੀ ਜਾਵੇ, ਤੀਰਥਾਂ 'ਤੇ ਜਾਣ ਨਾਲ ਤਿਲ ਜਿੰਨਾ ਹੀ ਮਾਣ ਮਿਲਦਾ? ਸਾਹਿਬ ਕਹਿੰਦੇ ਹਾਂ। ਕਹਿੰਦੇ ਮਹਾਰਾਜ ਫਿਰ ਦੱਸੋ, ਫਿਰ ਉਹ ਪਰਮੇਸ਼ੁਰ ਦੇ ਨਾਮ ਨਾਲ ਕਿੱਦਾਂ ਆਪਾਂ ਜੁੜੀਏ? ਕਹਿੰਦੇ ਗਾਵੇ ਸੁਣਿਆ ਮੰਨਿਆ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।